ਪੱਖੇ ਕਿਹਨਾ ਖੜੇ, ਪੱਖੇ ਕਿਹਨਾ ਖੜੇ, ਆਵਾਜ਼ ਨਹੀਂ ਆਉਣੀ ਤੇਰੀ। ਜੈਮਲ ਸਿੰਘ ਜੀ ਦੇ ਗ੍ਰਹਿ ਵਿਖੇ ਪਹੁੰਚੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਤੁਹਾਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਫਤਿਹ। ਦੋਸਤਾਂ ਨੂੰ ਨਮਸਤੇ, ਰਾਮ ਰਾਮ। ਜੇ ਕੋਈ ਹੋਰ ਕੋਈ ਭਾਈਚਾਰੇ ਨਾਲ ਬੈਠੇ ਹੈ, ਸਾਡੇ ਬਹੁਤ ਹੀ ਸਤਿਕਾਰਯੋਗ ਸੰਜੇ ਦਰਬਾਰ ਸਾਹਿਬ ਜਾਂ ਭਰਾ ਤੁਹਾਡਾ ਸਾਬਕਾ ਬਿਲਡਿੰਗ ਔਰ ਸਾਰੇ ਕਾਂਗਰਸ ਪਾਰਟੀ ਦੇ ਕੌਂਸਲਰ ਸਾਹਿਬਾਨ, ਮੈਂ ਸਾਰਿਆਂ ਨੂੰ ਅੱਗੇ ਨਾ ਲਵਾਂਗਾ ਤਾਂ ਸਮਾਂ ਕਾਫੀ ਪੂਰਾ ਲੰਘ ਜਾਏਗਾ। ਸੋ ਜਨਰਲ ਸਾਹਿਬ ਜੀ ਦਾ ਮੈਂ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਤੁਹਾਡੇ ਮੂਹਰੂ ਮੌਕਾ ਦੇਣ ਮੌਕਾ ਦਿੱਤਾ। ਮੈਂ ਤੁਹਾਡੇ ਸਾਰਿਆਂ ਤੋਂ ਬੇਨਤੀ ਕਰਨ ਵਾਸਤੇ ਆਇਆ ਹੱਥ ਜੋੜ ਕੇ ਕਿ ਆਉਣ ਵਾਲੀ 1 ਤਰੀਕ ਨੂੰ ਪੰਜੇ ਦਾ ਬਟਨ ਦਬਾ ਕੇ ਤੁਸੀਂ ਰੋਗਾ ਨਹੀਂ ਆਪਦੇ ਸਮਾਣੇ ਮਤਾਣੇ ਭਰਾ ਨੂੰ ਪੰਜਾਬ ਦਾ ਕਿਸਾਨ ਮਜ਼ਦੂਰ ਖੇਤੀ ਕਾਮਾ ਕਾਰੋਬਾਰੀ ਦੁਕਾਨਦਾਰ ਕਿ ਰਾਜਾ ਨਵੇਂ ਕੋਈ ਪੰਜਾਬ ਦਾ ਮਸਲਾ ਨਹੀਂ ਛੱਡੇਗਾ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਔਰ ਦੇਸ਼ ਦੀ ਲੋਕ ਸਭਾ ਦੇ ਵਿੱਚ ਸ਼ਾਮ ਹੋਣਗੇ। ਇਸ ਦਾ ਇਹ ਬੜਾ ਜ਼ਰੂਰੀ ਹੈ। ਕਈ ਵਾਰੀ ਹਾਸੇ ਮਜ਼ਾਕ ਦੇ ਵਿੱਚ ਵੋਟਾਂ ਪਾ ਦਿੱਤੀਆਂ ਜਾਂਦੀਆਂ, ਜਿਵੇਂ ਕਿ 2022 ਚ ਲੋਕਾਂ ਨੇ ਚੌੜ ਚੌੜ ਚ ਮਜ਼ਾਕ ਮਜ਼ਾਕ ਚ ਬਦਲਾਵ ਲਿਆ ਤਾਂ ਝਾੜੂ ਝਾੜੂ ਕਰਾ ਲੋਕ ਦੁਖੀ ਸਨ, ਲੋਕਾਂ ਦੇ ਮਨ ਵਿੱਚ ਬੜੇ ਬਦਲੇ ਸਨ ਕਿ ਸ਼ਾਇਦ ਨਵਾਂ ਬਦਲਾਵ ਆਏਗਾ। ਲੇਕਿਨ ਐਸਾ ਬਦਲਾਵ ਆਇਆ, ਅੱਜ ਹਰ ਵਿਅਕਤੀ ਉਸ ਬਦਲਾਵ ਤੋਂ ਪਰੇਸ਼ਾਨ ਹੈ, ਹਰ ਵਿਅਕਤੀ ਉਸ ਬਦਲਾਵ ਤੋਂ ਪਰੇਸ਼ਾਨ ਹੈ। ਕਿਸ ਤਰ੍ਹਾਂ ਦੇ ਹਾਲਾਤ ਹਨ? ਠੀਕ, ਮੇਰੇ ਤੋਂ ਬੋਲਣ ਤੋਂ ਪਹਿਲਾਂ ਸਟੇਟ ਸੈਕਟਰੀ ਸਾਹਿਬ ਨੇ ਕਿਹਾ ਕਿ ਇੱਥੇ ਪਜਾਮਾ ਚੱਕ ਚੱਕ ਕੇ ਇਹਨਾਂ ਗਲੀਆਂ ਦੇ ਵਿੱਚ ਇੰਨਾ ਮਾੜਾ ਹਾਲ ਸੀ, ਔਰ ਸੰਜੇ ਕੁਮਾਰ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਇਲਾਕੇ ਦੀ ਬਹੁਤ ਫਰੀ ਤੇ ਬਹੁਤ ਵਿਕਾਸ ਕੀਤਾ। ਲੇਕਿਨ ਇਸ ਦੇ ਬਾਵਜੂਦ ਵੀ ਸੰਜੇ ਜੀ ਚੁਣਾਵ ਹਾਰ ਗਏ, ਇਹਨਾਂ ਬੰਦੇ ਦਾ ਮਨ ਟੁੱਟ ਗਿਆ। ਫਿਰ ਤਾਂ ਬੰਦੇ ਨੂੰ ਲੱਗਦਾ ਕਿ ਡਿਵੈਲਪਮੈਂਟ ਤੋਂ ਬਾਅਦ ਵੀ ਇਹ ਕੰਮ ਹੋਇਆ, ਫਿਰ ਉਹ ਤਾਂ ਲੋਕ ਕਰਦੇ ਸੀ ਗੱਲਾਂ ਕਰਨੀਆਂ ਤਾਂ ਕੋਈ ਮਸਲਾ ਹੀ ਨਹੀਂ ਹੈ। ਅੱਜ ਅਗਲੇ 2.5 ਸਾਲ ਦਾ ਤੁਹਾਡੇ ਵਾਰਡ ਦੇ ਵਿੱਚ ਜਾਂ ਲੁਧਿਆਣੇ ਦੇ ਵਿੱਚ ਕਿਤੇ ਡਿਵੈਲਪਮੈਂਟ ਦਾ ਕੰਮ ਨਹੀਂ ਕਰ ਰਿਹਾ। ਲੋਕਾਂ ਨੂੰ ਬੜੀਆਂ ਉਮੀਦਾਂ ਸਨ ਬਦਲਾਵ ਆਏਗਾ, ਨਸ਼ਾ ਬੰਦ ਹੋ ਜਾਏਗਾ। ਅੱਜ ਕੋਈ ਨਸ਼ਾ ਬੰਦ ਹੋ ਗਿਆ, ਨਸ਼ਾ ਏਦਾਂ ਕਦੇ ਨਹੀਂ ਬੰਦ ਹੋਵੇਗਾ। ਇਹ ਐਸੀ ਚੰਕਰ ਬਿਮਾਰੀ ਹੈ ਕੋਈ ਖਤਮ ਨਹੀਂ ਕਰ ਸਕਦਾ। ਇਹਦਾ ਕਾਰਨ ਹੈ, ਕੰਮ ਖਤਮ ਕਰਨਾ, ਇਹ ਉੱਤੇ ਚਰਚਾ ਕਰਨੀ ਪਏਗੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ, ਇੱਕ ਦੇ ਨਹੀਂ 8 ਦੇ। ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਕੋਲ ਸਮਾਂ ਹੀ ਨਹੀਂ, ਪਹਿਲਾਂ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ, ਉਹਦੇ ਕੋਲ ਵੀ ਸਮਾਂ ਨਹੀਂ ਸੀਗਾ। ਬਾਦਲਾਂ ਦੇ ਸਮਾਂ ਇਹ ਨਸ਼ਾ ਆਇਆ,
ਹੁਣ ਬਣ ਗਿਆ ਸਰਦਾਰ ਭਗਵੰਤ ਸਿੰਘ ਮਾਨ ਕੋਲ ਸਾਨੂੰ ਗੱਲਾਂ ਹੀ ਹੋਰ ਸੁਣਾਉਂਦੇ ਰਹਿੰਦੇ ਨੇ। ਔਰ ਇੱਕ ਦਿਨ ਦੀ ਵਿਧਾਨ ਸਭਾ, ਦੋ ਦਿਨ ਦੀ ਵਿਧਾਨ ਸਭਾ, ਜੇ ਅਸੀਂ ਕੋਈ ਗੱਲ ਕਰਨੀ ਚਾਹੁੰਦੇ ਹਾਂ ਤੇ ਉਹਦੇ ਤੇ ਚਰਚਾ ਲਈ ਪੰਜਾਬ ਦੇ ਦਰਸ਼ਿਆਂ ਤੇ ਪੰਜਾਬ ਦੇ ਪ੍ਰਤੀ ਸੱਚੇ ਪਾਤਸ਼ਾਹ ਨੇ ਕਦੇ ਜ਼ਿੰਦਗੀ ਚ ਮੌਕਾ ਦਿੱਤਾ ਨਾ ਪਹਿਲੇ ਮਹੀਨੇ ਦੇ ਵਿੱਚ ਕੰਮ ਰੋਕ ਸਕਦੇ, ਕਿਉਂਕਿ ਕੰਮ ਕਰਨਾ ਪਏਗਾ ਪੂਰਾ ਪੰਜਾਬ ਤੇ ਪੂਰੇ ਪੰਜਾਬ ਦਾ ਇਨਫਰਾਸਟ੍ਰਕਚਰ, ਮਾਸਟਰ ਤੋਂ ਲੈ ਕੇ ਸੈਕਟਰੀ ਤੋਂ ਲੈ ਕੇ ਡੀਓ ਤੋਂ ਲੈ ਕੇ ਜੇਈ ਤੋਂ ਲੈ ਕੇ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਤੋਂ ਲੈ ਕੇ ਐਸਡੀਐਮ ਤੋਂ ਲੈ ਕੇ ਡੀਸੀ ਤੋਂ ਲੈ ਕੇ ਤਹਿਸੀਲਦਾਰ ਤੋਂ ਲੈ ਕੇ ਪੂਰੇ ਸਾਰੇ ਮੁਲਾਜ਼ਮ ਤੋਂ ਲੈ ਕੇ ਕਲਰਕ ਤੋਂ ਲੈ ਕੇ ਪੀਐਮ ਤੋਂ ਲੈ ਕੇ ਆਮ ਜਨਤਾ ਤੋਂ ਲੈ ਕੇ ਇੱਕ ਮਹੀਨਾ ਪੂਰਾ ਪੰਜਾਬ ਨਸ਼ੇ ਤੇ ਕੰਮ ਕਰੇਗਾ, ਸਾਰੇ ਲੋਕਾਂ ਨੂੰ ਇਨਵੋਲਵ ਕਰਨਾ ਪਏਗਾ, ਆਲਟਰਨੇਸ਼ਨ ਭਰਨਾ ਪਏਗਾ। ਪਰ ਇਹ ਕੋਈ ਚਰਚਾ ਕਰਨੀ ਪਿਆ ਨਹੀਂ ਕਿ ਅਸੀਂ ਕੀ ਕਰਨਾ। ਪਰਮਾਤਮਾ ਜੀ ਕਹਿੰਦੇ ਆ ਦੋ ਮੈਂ ਯੂਨੀਵਰਸਿਟੀ ਬੈਠਾ ਮੇਰੇ ਨਾਲ ਚਰਚਾ ਕਰੋ, ਤੇਰਾ ਭਾਈ ਕੀ ਚਰਚਾ ਕਰਨੀ, ਸਾਨੂੰ ਚੁਣ ਕੇ ਭੇਜਿਆ ਪੰਜਾਬ ਦੀ ਵਿਧਾਨ ਸਭਾ ਚਰਚਾ ਕਰਨ ਵਾਸਤੇ, ਉੱਥੇ ਤੂੰ ਕਰਨ ਲਈ ਪਿਆ ਨਹੀਂ, ਯੂਨੀਵਰਸਿਟੀ ਕਰਨ ਲਈ ਪਿਆ ਨਹੀਂ। ਕਿਉਂ ਮੀਡੀਆ ਦੇ ਸਦੇ ਹੋਊਗੇ ਔਰ ਮੇਰੀ ਸਾਰੀ ਹੋਊਗੀ ਕਾਲੀਆਂ ਮਾਰਾਂਗੇ, ਉਹਦੇ ਬਾਅਦ ਮੀਡੀਆ ਦੀ ਫੋਟੋ ਉਹ ਉਠਾਵਾਂਗੇ ਕਿਉਂਕਿ ਮੀਡੀਆ ਕੈਪਚਰ ਕੀਤਾ ਵੇ। ਅੱਜ ਤੱਕ ਪੰਜਾਬ ਦੀ ਕਿਸੇ ਸਰਕਾਰ ਨੇ ਇੰਨਾ ਪੈਸਾ ਮੀਡੀਆ ਨੂੰ ਨਹੀਂ ਦਿੱਤਾ, ਕਿਸੇ ਸਰਕਾਰ ਆਰ ਟੀ ਆਈ ਪਾ ਲਓ 2 ਕਰੋੜ ਰੁਪਇਆ ਮਹੀਨੇ ਦਾ ਛੋਟੇ ਛੋਟੇ ਚੈਨਲ ਨੂੰ ਦੇ ਰਹੇ। ਇਸੇ ਕਰਕੇ ਹੱਥਾਂ ਦੇ ਪਾਸੇ ਭਗਵੰਤ ਮਾਨ ਭਗਵੰਤ ਮਾਨ ਭਗਵੰਤ ਮਾਨ ਮਸਲਾ ਕਿਉਂ ਦਾ ਕਿਉਂ ਹੈ, ਕੋਈ ਆਈਡੀਆ ਨਹੀਂ। ਸਾਡੇ ਸਮੇਂ ਵੀ ਮਾਈਨਿੰਗ ਹੁੰਦੀ ਸੀ, ਹੁਣ ਵੀ ਮਾਈਨਿੰਗ ਹੋ ਰਹੀ ਹੈ, ਇਹ ਕੰਮ ਤਾਂ ਚਰਚਾ ਹੋਣੀ ਚਾਹੀਦੀ ਹੈ ਪੰਜਾਬ ਦੇ ਵਿਧਾਨ ਸਭਾ। ਮੈਂ ਆਈਡੀਆ ਦਿੱਤਾ, ਮੈਂ ਜਦ ਕੇ ਅਮਰਿੰਦਰ ਸਿੰਘ ਨੂੰ ਆਖਿਆ ਸੀ ਸਾਰੀ ਉਮਰ ਤੈਨੂੰ ਲੋਕ ਯਾਦ ਕਰਨਗੇ ਰੇਲਵੇ ਦਾ ਇੱਕ ਹੱਲ ਹੈਗਾ, ਕਿਉਂਕਿ ਮੈਨੂੰ ਛੋਟੇ ਹੁੰਦੇ ਦੀ ਯਾਦ ਸੀ। ਮੈਂ 2005 ਦੇ ਵਿੱਚ 2002 ਚ ਆਪਦਾ ਮਕਾਨ ਪਾਇਆ ਸੀ, ਕਿਉਂਕਿ ਮੇਰੀ ਮਾਂ ਤਾਂ ਹੈ ਨਹੀਂ, ਮੇਰਾ ਬਾਪ ਵੀ ਹੈ ਨਹੀਂ ਸੀ, ਮੈਂ ਆਪਣਾ ਮਕਾਨ ਆਪ ਖੁਦ ਪਾਇਆ, ਕਿਉਂਕਿ ਮੇਰੀ ਮਦਰ ਦੀ 6 ਸਾਲ ਦਾ ਸੀ ਜਦੋਂ ਮੌਤ ਹੋ ਗਈ। ਸੋ ਮੈਨੂੰ ਪਤਾ ਜਲਾਲਾਬਾਦ ਤੋਂ ਰੇਤਾ ਅਸੀਂ ਭਰ ਕੇ ਲਿਆਉਂਦੇ ਸਨ, ਟਰਾਲੀ ਭੇਜਦੇ ਸਨ, ਉੱਥੇ ਕੀਤਿਆਂ ਨਾਲ ਭਰ ਦਿੰਦੇ ਸੀ, ਲੇਬਰ ਨੂੰ 1100 ਰੁਪਇਆ ਦੇ ਦਿੰਦੇ ਸੀ, ਅਸੀਂ ਆ ਜਾਂਦੇ ਰੇਤਾ ਫ੍ਰੀ। ਉਦੋਂ ਵੀ ਤਾਂ ਵੱਡੇ ਵੱਡੇ ਹੋਟਲ ਬਣਦੇ ਸੀ, ਬਿਲਡਿੰਗਾਂ ਬਣ ਗਈਆਂ ਸੀ। ਮੈਂ ਕਿਹਾ ਪੋਕਲਾਈਨ ਬੰਦ ਕਰ ਦਿਓ, ਜੇਸੀ ਵੀ ਬੰਦ ਕਰ ਦਿਓ, ਕਾਨੂੰਨ ਬਣਾ ਦਿਓ, ਜਿੰਨਾ ਮਰਜ਼ੀ ਰੇਤਾ ਜਿੱਥੋਂ ਮਰਜ਼ੀ ਆਮ ਬੰਦੇ ਛੱਡ ਲਿਆ, ਗੱਡੀ ਭੇਜਣਾ ਆਪਣਾ ਭਰ ਲਿਆ, ਲੇਬਰ ਉੱਥੇ ਬੈਠੀ ਹੋਵੇ, ਕਈਆਂ ਨਾਲ ਪੀਪੇ ਨਾਲ ਤੇ ਬੱਠਲਾਂ ਨਾਲ ਰੇਤਾ, ਨਾਲੇ ਦਾ ਵਾਤਾਵਰਣ ਵੀ ਖਰਾਬ ਹੁੰਦਾ, ਵੱਡੇ ਵੱਡੇ ਖੱਡੇ ਨਹੀਂ ਲੈਂਦੇ, ਜਿਹੜਾ ਰੇਤਾ ਪੱਟ ਕੇ 40-40 ਫੁੱਟ ਖਵੇ ਇਨਵਾਇਰਮੈਂਟ ਖਰਾਬ ਕਰਦਾ, ਨਾਲੇ ਲੇਬਰ ਵੀ
ਨਾਲੇ ਕੋਈ ਫਾਲਤੂ ਰੇਤਾ ਚੱਕ ਨਹੀਂ ਸਕਦਾ ਜੇ ਪੰਜ ਟਰਾਲੀਆਂ ਪੰਜ ਟਰੱਕ ਜਾਂ ਪੰਜ ਪੇਪਰ ਚਾਹੀਦੇ ਉਹ ਪੰਜ ਭਰਾ ਕੇ ਲਿਆਊਗਾ ਕੀ ਕਹਿੰਦਾ ਚਰਚਾ ਕਰਨੀ ਪਏਗੀ ਅਗਰ ਇਹ ਮਸਲੇ ਦਾ ਹੱਲ ਕਰਨਾ ਸੋ ਇਸ ਤਰ੍ਹਾਂ ਪੰਜਾਬ ਦੇ ਬਹੁਤ ਸਾਰੇ ਮੁੱਦੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਇਸ ਤੇ ਕੋਈ ਚਰਚਾ ਕਰਨ ਲਈ ਕਿਹਾ ਪੰਜਾਬ ਦੀ ਵਿਧਾਨ ਸਭਾ ਚ ਲੁਧਿਆਣੇ ਦੀ ਇੰਡਸਟਰੀ ਦਾ ਮੁੱਦਾ ਚਰਚਾ ਕਰਨ ਦੀ ਲੋੜ ਹੈ ਲੁਧਿਆਣੇ ਦਾ ਪ੍ਰਦੂਸ਼ਣ ਦਾ ਮੁੱਦਾ ਚਰਚਾ ਕਰਨ ਦੀ ਲੋੜ ਹੈ ਬੁਰੇ ਨਾਲੇ ਦਾ ਮੇਰਾ ਹਰ ਕੀ ਮਤਲਬ ਹੈ ਪਾਣੀ ਥੱਲੇ ਖਰਾਬ ਹੁੰਦਾ ਜਾ ਰਿਹਾ ਇਹ ਚਰਚਾ ਕਰਨ ਦੀ ਲੋੜ ਹੈ ਲੁਧਿਆਣੇ ਦੇ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਨ ਦੀ ਲੋੜ ਹੈ ਇਹਦੇ ਵਾਸਤੇ ਕੀ ਲੋਕ ਬਣਦੀ ਹੈ ਸਾਡੀ ਪ੍ਰਾਇਓਰਿਟੀ ਕੀ ਹੈ ਸਾਡੀ ਪ੍ਰਾਇਓਰਿਟੀ ਪਹਿਲਾਂ ਮੈਟਰੋ ਲਿਆਉਂਦੀ ਹੈ ਤੇ ਸਾਡੀ ਪ੍ਰਾਇਓਰਿਟੀ ਪਹਿਲਾਂ ਗਲੀ ਬਣਾਉਂਦੀ ਹੈ ਇਹ ਚਰਚਾ ਕਰਨੀ ਪਊਗੀ ਸੋ ਮੇਰੀ ਤੁਹਾਨੂੰ ਬੇਨਤੀ ਹੈ ਤੁਹਾਨੂੰ ਮੈਂਬਰ ਆਫ ਪਾਰਲੀਮੈਂਟ ਚੰਗੇ ਬੰਦੇ ਚੁਣਨੇ ਚਾਹੀਦੇ ਅਣਜਾਣ ਬੰਦਾ 15 ਲੱਖ ਦੀ ਗੱਡੀ ਨਵੀਂ ਤੇ ਬਿਠਾ ਦੇਗਾ ਕਲੱਚ ਤੇ ਕੰਮ ਖੁਲਾ ਦੇਗਾ ਕਿਉਂਕਿ ਉਹ ਕਲੱਚ ਤੇ ਪੈਰ ਰੱਖੀ ਰੱਖੂਗਾ ਉਵੇਂ ਤੁਸੀਂ ਅੱਜ ਪੰਜਾਬ ਦੀਆਂ ਕਲੱਚ ਤੇ ਘਾਂ ਵਾਰਨੀਆਂ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਬਣਾ ਕੇ ਮੈਨੂੰ ਦੱਸੋ ਤੁਹਾਡਾ ਕਿਹੜਾ ਐਮਐਲਏ ਪੰਜਾਬੀ ਵਿਧਾਨ ਸਭਾ ਚੋਣ ਆਹ ਪੱਤੀ ਪ੍ਰਾਸ਼ਰ ਜੀ ਜਿਹੜੀ ਕੋਈ ਲੜਾਈ ਨਹੀਂ ਪੱਤੀ ਪ੍ਰਾਸ਼ਰ ਕਰਤਾ ਮੈਨੂੰ ਪੱਤੀ ਪ੍ਰਾਸ਼ਰ ਸਬੂਤ ਕਰਦੇ ਵੀ 2.5 ਸਾਲਾਂ ਚ ਮੈਂ ਇੱਕ ਵਾਰੀ ਪੰਜਾਬ ਦੀ ਵਿਧਾਨ ਸਭਾ ਬੋਲੇ ਜੇ 2.5 ਸਾਲਾਂ ਚ ਪੰਜਾਬ ਦੀ ਵਿਧਾਨ ਸਭਾ ਚੋਣ ਇੱਕ ਵਾਰੀ ਬੋਲਿਆ ਪ੍ਰਧਾਨਮੰਤਰੀ ਨੂੰ ਇਹ ਹੱਥ ਤੋੜ ਲਿਆ ਜੋੜੋ ਚਲਾ ਜਾਂਦਾ ਮਾਰਚ ਨੂੰ ਛੱਡ ਕੇ ਲੇਕਿਨ ਲੁਧਿਆਣੇ ਵਾਸਤੇ ਪੀਜੀਆਈ ਲੈ ਕੇ ਆਉਂਦਾ ਲੁਧਿਆਣੇ ਵਾਸਤੇ ਇਹ ਵੀ ਲੈ ਕੇ ਆਉਂਦਾ ਲੁਧਿਆਣੇ ਵਾਸਤੇ ਮੈਟਰੋ ਲੈ ਕੇ ਆਉਂਦਾ ਲੁਧਿਆਣੇ ਦੇ ਬੁੱਢੇ ਨਾਲੇ ਦਾ ਮਸਲਾ ਹੱਲ ਕਰਾਉਂਦਾ ਕੋਈ 5000 ਕਰੋੜ ਰੁਪਇਆ ਲੈ ਕੇ ਆਉਂਦਾ ਕਹਿੰਦੇ ਕਰਵਾ ਕੇ ਇੱਕਦਮ ਅੱਜ ਮਸਲੇ ਹੱਲ ਕਰਾ ਕੇ ਆਇਆ ਤੇ ਮੈਨੂੰ ਦੇਸ਼ ਦੇ ਪ੍ਰਧਾਨਮੰਤਰੀ ਕੋਲੇ ਜਾਣਾ ਪੈਣਾ ਤੁਹਾਡੇ ਘਰ ਜੋ ਸਾਹਮਣੇ ਟੈਲੀਫੋਨ ਭਰਾਵਾਂ ਜੋੜੀਆਂ ਚੱਲਿਆ ਰਹੀਆਂ ਕਾਂਗਰਸ ਦੇ ਲੋਕਾਂ ਦੀਆਂ ਦੁੱਖੀਆਂ ਤੋਂ ਡਰਦਾ ਲੋਕਾਂ ਤੋਂ ਬੀਜੇਪੀ ਸ਼ਾਮਲ ਹੋ ਗਿਆ ਹੁਣ ਉਹਦਾ ਗੁੱਸਾ ਭੱਜਿਆ ਮੌਤ ਤੋਂ ਤੇ ਅੱਗੇ ਮੌਤ ਖੜੀ ਹੁਣ ਉੱਧਰ ਨਾ ਉੱਧਰ ਨੋਕਿਆ ਗਿਆ ਨਾ ਉੱਧਰ ਨੋਕਿਆ ਗਿਆ ਕੱਲ ਪਰਸੋਂ ਬਿੱਟੂ ਲੈ ਗਿਆ ਸੀ ਥੋੜੇ ਦਿਨ ਹੋ ਗਏ ਉਹ ਬਾਈ 84 ਮੈਂ ਕਿਹਾ ਬਿੱਟੂ ਲਿਆ ਸਾਰੀ ਉਮਰ ਕਾਂਗਰਸ ਪਾਰਟੀ ਚ ਬੋਲੀ ਚ ਦੁੱਧ ਪੀ ਕੇ ਜਵਾਨ ਹੋ ਕੇ 84 ਗੱਲ ਕਿਵੇਂ ਕਰ ਸਕਦਾ 84 ਦਾ ਬੁਖਾਰ ਬਹੁਤ ਮਾੜਾ ਬੁਖਾਰ ਹੈ ਜਿਹੜਾ ਕਦੇ ਭੁੱਲਿਆ ਨਹੀਂ ਜਾ ਸਕਦਾ ਮੈਂ 6 ਸਾਲ ਦਾ ਸੀ ਉਹਦੇ ਚ ਮੇਰਾ ਕੋਈ ਕਸੂਰ ਨਹੀਂ ਹੈ ਜਾਂ ਤੁਹਾਡਾ ਕੋਈ ਕਸੂਰ ਨਹੀਂ ਹੈ ਲੇਕਿਨ ਉਸ ਗੁਰੂ ਘਰੇ ਮੈਂ ਸਮਝਿਆ ਕਿ ਉਸ ਪਰਿਵਾਰ ਨੇ ਰਾਹੁਲ ਗਾਂਧੀ ਹਮੇਸ਼ਾ ਗੁਰਦੁਆਰੇ ਜਾ ਕੇ ਨਤਮਸਤਕ ਹੋ ਗਏ ਔਰ ਇਸ ਗੱਲ ਦਾ ਦੁੱਖ ਠੀਕ ਹੋ ਗਏ ਕਿਉਂਕਿ ਰਾਹੁਲ ਗਾਂਧੀ ਦਾ ਵੀ ਨਹੀਂ ਪਤਾ ਰਾਹੁਲ ਗਾਂਧੀ ਨੇ ਜਾ ਕੇ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਚ 3 ਦਿਨ ਲਗਾਤਾਰ ਰਹਿ ਕੇ ਝਾੜੂ ਵੀ
ਜੁੱਤੇ ਸਫਾਈ ਦੀ, ਲੰਗਰ ਦੀ, ਪਾਣੀ ਦੀ, ਹੋਰ ਜਿਹੜੀਆਂ ਪਾਲਕੀ ਸਾਹਿਬ ਦੀ ਸੇਵਾ ਨਿਭਾਈ ਹੈ, ਮੈਨੂੰ ਤਾਂ ਨਹੀਂ ਲੱਗਦਾ ਸ਼ਾਮਲ ਹੋਵੇ। ਸਿੱਖਾਂ ਨੂੰ ਮਾਣ ਹਮੇਸ਼ਾ ਕਾਂਗਰਸ ਪਾਰਟੀ ਨੂੰ ਦਿੱਤਾ, ਦੇਸ਼ ਦਾ ਪਹਿਲਾ ਰਾਸ਼ਟਰਪਤੀ ਰਾਮ ਗੜੀਆ ਗਿਆਨੀ ਜੈਲ ਸਿੰਘ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਿਆ ਕਰਦਾ ਸੀ, ਸਾਈਕਲ ਤੇ ਚੱਲਿਆ ਕਰਦਾ ਸੀ। ਦੇਸ਼ ਦਾ ਪਹਿਲਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਕਾਂਗਰਸ ਪਾਰਟੀ ਨੇ ਬਣਾਇਆ, ਪਹਿਲਾ ਦੇਸ਼ ਦਾ ਪ੍ਰਧਾਨ ਮੰਤਰੀ ਹਰਮਨ ਸਿੰਘ ਜੀ, ਪਹਿਲਾ ਦੇਸ਼ ਦਾ ਪ੍ਰਧਾਨ ਮੰਤਰੀ ਸੋਨੀਆ ਗਾਂਧੀ ਬਣ ਗਈ ਸੀ ਪ੍ਰਧਾਨ ਮੰਤਰੀ। ਕੋਈ ਕੋਈ ਕਰਿਆਂਗਾ ਯੂਨੀਅਨ ਦੀ ਪ੍ਰਧਾਨ ਨਹੀਂ ਸੀ ਬਣੀ ਤਿਆਰ ਨਹੀਂ, ਸੋਨੀਆ ਗਾਂਧੀ ਕਹਿੰਦੀ ਮੈਂ ਨਹੀਂ ਬਣਦਾ ਇਸ ਸਿੱਖ ਨੂੰ ਬਣਾਓ। ਕੋਈ ਪ੍ਰਧਾਨ ਮੰਤਰੀ ਕੁਰਸੀ ਛੱਡ ਸਕਦਾ ਦੱਸੋ ਬਈ? ਪ੍ਰਧਾਨ ਮੰਤਰੀ ਕੁਰਸੀ ਦੇ ਬਾਬੇ ਆ ਕੇ ਮਿਲਿਆ, ਇੱਕ ਨਹੀਂ ਬਾਬੇ ਸਾਰੀ ਉਮਰ ਕਾਮਯਾਬ ਲੜਾਈ ਹੋਊਗਾ ਕਿ ਸਾਬਕਾ ਦੇਸ਼ ਦਾ ਪ੍ਰਧਾਨ ਛੋਟੀ ਗੱਲ ਹੈ। ਗੁਰੂ ਕੇ ਬੇਟੇ ਗਰੀਬ ਸਿੱਖਰ ਕੋ ਦੇਹੁ ਪਾਤਸ਼ਾਹੀ, ਗਰੀਬ ਬੰਦਾ ਬੂਟਾ ਸਿੰਘ ਦੇਸ਼ ਦਾ ਅਮਿਤ ਸ਼ਾਹ ਦੀ ਕੁਰਸੀ ਦੇ ਵਾਇਆ ਜਰਨਲ ਮੇਰੇ ਗੁਰੂ ਨੇ ਗੁਰੂ ਦੀ ਪੱਗ ਸਨਮਾਨ ਤਿੰਨ ਪਰਸੈਂਟ ਤੁਹਾਡੀ ਸਿੱਖਾਂ ਦੀ ਬਾਬਾ ਬਾਜੀ ਢਾਈ ਤੋਂ ਤਿੰਨ ਪਰਸੈਂਟ। ਇਹ ਕਾਂਗਰਸ ਪਾਰਟੀ ਜਮਾਤ ਐਸੀ ਹੈ ਜਿਹੜੀ ਸੈਕੂਲਰ ਸੋਚ ਹੈ, ਯਾਨੀ ਕਿ ਸਾਰੀਆਂ ਜਾਤ ਬਰਾਦਰੀ ਦੇ ਧਰਮਾਂ ਦੇ ਲੋਕਾਂ ਨੂੰ ਇਕੱਠਾ ਲੈ ਕੇ ਚੱਲਦੀ। ਇਹ ਸਿੱਖ ਦੀ ਪਾਰਟੀ ਨਹੀਂ ਹੈ, ਇਹ ਮੁਸਲਮਾਨ ਦੀ ਪਾਰਟੀ ਨਹੀਂ ਹੈ, ਇਹ ਹਿੰਦੂ ਦੀ ਪਾਰਟੀ ਨਹੀਂ ਹੈ, ਦਲਿਤ ਦੀ ਪਾਰਟੀ ਨਹੀਂ ਹੈ, ਗਾਂਧੀ ਦੀ ਪਾਰਟੀ ਨਹੀਂ ਹੈ, ਇਹ ਕ੍ਰਿਸ਼ਨ ਦੀ ਪਾਰਟੀ ਨਹੀਂ ਹੈ, ਇਹ ਜੈਨ ਦੀ ਪਾਰਟੀ ਨਹੀਂ ਹੈ, ਇਹ ਸਭ ਦੀ ਪਾਰਟੀ ਹੈ। ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੀ ਪਾਰਟੀ ਹੈ। ਰਾਜਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦਾ ਹੈ, ਪਰ ਰਾਜਾ ਬੇ ਚਿੰਤਪੁਰਨੀ ਮਾਤਾ ਦੇ ਮੰਦਿਰ ਚ ਨਹੀਂ ਜਾਂਦਾ, ਰਾਜਾ ਬੇ ਮਸਜਿਦ ਚ ਜਾਂਦਾ, ਚਰਚ ਚ ਜਾਂਦਾ, ਸਾਰਾ ਸੰਤਾਨ ਵੀ ਜਾਂਦਾ। ਉਹ ਗਿੱਦੜ ਦੇ ਆਲੇ ਪਿੰਡ ਵੱਡੇ ਖੜੇ ਹੋਏ ਪੁੱਛੋ ਕਿ ਸਾਰੇ ਹਿੰਦੂ ਦਾ ਭਰਾ ਹੈ। ਇਸ ਲਈ ਰਾਮ ਜੀ ਦਾ ਦਿਹਾੜਾ ਸੀ, ਘਰ ਘਰ ਮੈਂ ਗੋਲਪੁਰ ਤੋਂ ਜਾ ਕੇ ਦੀਵੇ ਵੀ ਵੰਡੇ, ਲੱਡੂ ਵੀ ਵੰਡੇ, ਬੱਤੀਆਂ ਵੀ ਵੰਡੀਆਂ, ਚਿੱਠੀ ਵੀ ਦਿੱਤੀ, ਕਿਉਂਕਿ ਰਾਮ ਜੀ ਚੜਾਤਾ ਕਿਉਂ ਰਾਮ ਕੋਲ ਆਏ ਕੋਲ ਆਏ, ਉਹ ਪਹਿਲੀ ਰਾਮ ਜੀ ਨੂੰ ਕੋਈ ਲੈ ਕੇ ਆ ਸਕਦਾ? ਰਾਮ ਜੀ ਤਾਂ ਸਾਨੂੰ ਲੈ ਕੇ ਆਏ, ਚਲੋ ਰੱਬ ਇੱਥੇ ਹੈ, ਮੰਦਰ ਦੇ ਤਰੀਕੇ ਵੱਖਰੇ ਵੱਖਰੇ ਹੈ, ਕੋਈ ਮੰਨਦਾ ਕਿ ਰੱਬ ਮੰਦਿਰ ਚ ਹੈ,
ਕੋਈ ਮੰਨਦਾ ਰੱਬ ਗੁਰਦੁਆਰੇ ਚ, ਕੋਈ ਮੰਨਦਾ ਰੱਬ ਗਿਰਜਾ ਘਰ ਚ, ਕੋਈ ਮੰਨਦਾ ਕਿ ਰੱਬ ਮਸਜਿਦ ਚ ਹੈ, ਕੋਈ ਮੰਨਦਾ ਕਿ ਰਮਦਾਸ ਜੀ ਦੇ ਮਹਾਰਾਜ ਦੇ ਗੁਰਦੁਆਰੇ ਚ ਘਰ ਹੈ, ਕੋਈ ਮੰਨਦਾ ਕਿਤੇ ਹੋਰ ਹੈ। ਮੰਨਣ ਦੇ ਤਰੀਕੇ ਵੱਖਰੇ ਵੱਖਰੇ ਹੈ। ਰੱਬ ਇੱਕ ਹੈ, ਇੱਕ ਓਮਕਾਰ ਸਤਨਾਮ ਕਰਤਾ ਪੁਰਖ, ਇੱਕ ਓਮਕਾਰ ਇੱਕ ਓਮਕਾਰ ਰੱਬ। ਸੋ ਸਾਨੂੰ ਲਗਾਇਆ ਜਾ ਰਿਹਾ ਯਾਰ, ਇਹਦੇ ਤੇ ਸਾਨੂੰ ਬਹੁਤ ਸਰਮਾਉਣੀ ਪਏਗੀ। ਪਰ ਚੰਗੇ ਬੰਦੇ ਅਗਰ ਚੁਣ ਲੱਗ ਪੋਗੇ ਤਾਂ ਦੇਸ਼ ਅਮਰੀਕਾ ਬਣ ਸਕਦਾ ਹੈ, ਲੁਧਿਆਣਾ ਮੈਨਚੈਸਟਰ ਬਣ ਸਕਦਾ ਹੈ। ਚੰਗੇ ਬੰਦੇ ਨਹੀਂ ਚੁਣੇ ਜਾਂਦੇ, ਜਿੱਥੇ ਹਿੰਦੁਸਤਾਨ ਦੇ ਲੋਕ ਦਿਲ ਛੱਡ ਕੇ ਇੱਥੋਂ ਕੰਮ ਲੈ ਕੇ ਵੋਟ ਪਾਉਣਗੇ, ਉੱਥੇ ਹਿੰਦੁਸਤਾਨ ਤਰੱਕੀ ਕਰੇਗਾ। ਅੱਜ ਮੁੱਦਾ ਮਹਿੰਗਾਈ ਦਾ ਹੈ, ਬੇਰੁਜ਼ਗਾਰੀ ਹੈ, ਇਹਨਾਂ ਮੁੰਡਿਆਂ ਦੇ ਮਗਰ ਇੱਕ ਮੁੰਡਾ ਬੇਰੁਜ਼ਗਾਰ ਹੈ, ਮਹਿੰਗਾਈ ਚਰਮ ਸੀਮਾ ਤੇ ਹੈ। ਅਸੀਂ 55 ਸਾਲ ਦੇਸ਼ ਦੇ ਰਾਜ ਕੀਤਾ ਕਾਂਗਰਸ ਪਾਰਟੀ ਨੇ 75 ਸਾਲ ਦੀ ਆਜ਼ਾਦੀ ਤੋਂ ਬਾਅਦ, 55 ਸਾਲਾਂ 10 ਸਾਲ ਪਹਿਲਾਂ ਸਾਡੀ ਸਰਕਾਰ ਨਹੀਂ ਹੈ ਤੇ ਮਹਿੰਗਾਈ ਦਾ ਹਾਲ ਦੇਖ ਲਓ। 55 ਸਾਲਾਂ ਚ ਅਸੀਂ ਸੋਨੇ ਦਾ ਭਾਅ 27,000 ਰੁਪਏ ਤੋਲਾ ਆਉਣ ਦਿੱਤਾ। ਸਾਡੀ ਸਰਕਾਰ ਚ ਮਨਮੋਹਨ ਸਿੰਘ ਦੇ ਰਾਜ ਚ 27,000 ਰੁਪਏ ਦਾ ਗੋਲਡ ਸੀਗਾ 10 ਗ੍ਰਾਮ। ਹੁਣ ਪਤਾ ਹੈ ਦੂਸਰਾ ਸਾਲ ਬਾਅਦ ਕਿੰਨਾ ਹੈ? 22,000 ਰੁਪਏ ਦਾ ਵਿਕਰੋ ਦੀ ਸਰਕਾਰ ਹੈ। ਭਾਸ਼ਣ ਨੋਟਬੰਦੀ ਦਾ ਫਾਇਦਾ ਹੋਇਆ ਤੁਹਾਡੇ ਤੋਂ, ਦੇਸ਼ ਦੇ ਆਰਥਿਕ ਸੰਕਟ ਵੱਧ ਗਿਆ। ਪਰ ਮੈਂ ਕਹੂੰਗਾ ਮੇਰੇ ਸਮੇਂ ਨੋਟਬੰਦੀ, ਮੇਰੇ ਕਹਿਣ ਦਾ ਇਹ ਸਾਰੀ ਮੈਨੇ ਦੀ ਕਹਾਣੀ ਹੈ। ਮੇਰੇ ਵੋ ਕਿਆ ਹੈ, ਮੈਂ ਇਹ ਕਰੂੰਗਾ, ਮੈਂ ਉਹ ਕਰੂੰਗਾ। ਸਾਰੇ ਕਨੇਡੀ ਦੇ ਨੱਬੇ ਵੀ ਹੈ, ਬੀਜੇਪੀ ਵਾਲਿਆਂ ਨੇ ਦਿੱਲੀ ਵਾਲੇ ਸਾਰੇ ਸੈਕਲ ਟੱਪੜੇ, ਅੰਬਾਨੀਆਂ ਦੇ ਸੈਕਲ ਟੱਪੜੇ ਕਿੰਨੇ 70% ਚੈਨਲਾਂ ਤੇ ਅਬਾਨੀਆਂ ਦਾ ਕਬਜ਼ਾ, 25% ਅਡਾਨੀਆਂ ਦਾ ਕਬਜ਼ਾ, 5% ਆਮ ਲੋਕਾਂ ਦਾ ਕਬਜ਼ਾ, 95% ਮੋਦੀ ਮੋਦੀ ਦਿਖਾ ਰਹੇ ਸਾਨੂੰ ਖਰੀ ਮੋਢਿਆਂ ਦਾ ਕੀ ਨਹੀਂ ਦੇਖਦਾ ਤੇ ਕੀ ਦੇਖ ਕੇ ਆਪਦੇ ਵਿਚਾਰ ਬਣਾ ਰਹੇ ਤੇ ਪੰਜਾਬ ਚ ਸਾਰੇ ਚੈਨਲ ਨੱਪੇ ਗਏ ਆ ਪਰਮਾਤਮਾ ਨੇ ਪੈਸੇ। ਸੱਚੀ ਗੱਲ ਆ ਰਹੀ ਹੈ, ਸਾਡਾ 50 ਬੰਦਾ ਉਗਾਡਿਆਂ ਦੀ ਕੁਰਸੀਆਂ ਖਾਲੀ ਸੀ, ਉਹਨਾਂ ਦਾ 500 ਉਗਾਡਿਆਂ ਨੇ ਬਹੁਤ ਪਾਰੀ ਇਕੱਠਾ ਇਕੱਠਾ। ਸੋ ਮੇਰੇ ਕਹਿਣ ਦਾ ਮਤਲਬ ਇਹਨਾਂ ਗੱਲਾਂ ਦੀ ਗੱਲ ਸੁਣਵਾਉਣੀ ਪਏਗੀ। ਸਮਾਂ ਕਾਫੀ ਹੋ ਗਿਆ,
ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਹਰ ਸੋਚ ਦੀ ਕਾਂਗਰਸ ਪਾਰਟੀ ਚੰਗੀ ਪਾਰਟੀ ਹੈ ਔਰ ਇਹ ਦੇਸ਼ ਦਾ ਭਲਾ ਕਰ ਸਕਦੀ ਹੈ। ਡਾਕਟਰ ਮਨਮੋਹਨ ਸਿੰਘ ਵਰਗੇ ਲੋਕ ਦੇਸ਼ ਨੂੰ ਉਚਾਈਆਂ ਤੇ ਲੈ ਕੇ ਜਾ ਸਕਦੇ। ਜਦੋਂ ਦੇਸ਼ ਦੇ ਵਿੱਚ ਮੰਦੀ ਦਾ ਦੌਰ ਸੀ ਨਾ, ਸਰਦਾਰ ਭਾਸ਼ਣ ਹੀ ਦਿੰਦਾ ਸੀ, ਠੀਕ ਨਹੀਂ ਦਿੰਦਾ ਸੀ, ਲੇਕਿਨ ਸਰਦਾਰ ਭਾਂਡੇ ਚ ਬਹਿ ਕੇ ਕੰਮ ਕਰਦਾ ਸੀ ਤੇ ਦੇਸ਼ ਨੂੰ ਮੰਦੀ ਦੇ ਦੌਰ ਤੇ ਅਬਾਮਾ ਉਸ ਵੇਲੇ ਦਾ ਰਾਸ਼ਟਰਪਤੀ ਅਮਰੀਕਾ ਦਾ ਕਹਿੰਦਾ ਡਾਕਟਰ ਮਨਮੋਹਨ ਸਿੰਘ ਜੀ ਇਹ ਬਤਾਏ ਕਿ ਆਪਕੇ ਪਾਸ ਐਸੀ ਕਿਆ ਚੀਜ਼ ਸੀ, ਪੂਰੇ ਦੇਸ਼ ਦੁਨੀਆ ਮੇ ਮੰਦੀ ਹੈ ਲੇਕਿਨ ਹਿੰਦੁਸਤਾਨ ਮੇ ਮਜ਼ਬੂਤੀ ਪਹਿਲਾਂ ਜੋ ਹਰੀ ਹਰੀ ਜਾ ਕੇ ਸੁਨੇਹਾ ਦਿਓ ਕਿ ਅਸੀਂ ਸੰਸਦ ਦੇ ਵਿੱਚ ਚੰਗਾ ਨੁਮਾਇੰਦਾ ਚੁਣ ਕੇ ਭੇਜਣਾ ਔਰ ਅਗਰ ਮੈਨੂੰ ਚੁਣ ਲਿਆ ਨਾ, ਅਗਰ ਕਿਰਪਾ ਥੋੜ੍ਹੀ ਹੋ ਗਈ ਅਸ਼ੀਰਵਾਦ ਥੋੜ੍ਹਾ ਮਿਲ ਗਿਆ ਡੇਲੀ ਡੇਲੀ ਦੇ ਵਿੱਚ ਕਰਵਾਉਣਗੇ ਕਿ ਸਾਡੇ ਵਾਲਾ ਫੁੱਟੇ ਸਕੀ ਹੋ। ਮੈਨੂੰ ਤਿੰਨ ਚਾਰ ਪੰਜ ਮਹੀਨੇ ਮੰਤਰੀ ਬਣਨ ਦਾ ਮੌਕਾ ਮਿਲਿਆ ਸੀ, ਬਾਦਲ ਵਾਲੀ ਨੇ ਸ਼ਿਕਰ ਦਾ ਬਾਦਲ ਦੀ ਬਾਸ ਨੂੰ ਵੀ ਹੱਥ ਨਹੀਂ ਲੱਗਦਾ ਸੀ।
कहीं सुना है रिटेल की दुकान पर होलसेल का दाम? जी हाँ, नव्या लेकर आया है डिजाइनर सूट्स, कुर्तीज और फैब्रिक्स। सबसे सस्ता, सबसे अच्छा, डिफेंस रोड, ममून, पठानकोट। कॉन्टैक्ट 9614196141।